ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਜ਼ਰ ਹਾਂ ਜੀ ਲੈ ਕੇ ਕੈਲੀਫੋਰਨੀਆ ਡਾਇਰੀ, ਜਿਹਦੇ ਵਿੱਚ ਕੋਸ਼ਿਸ਼ ਕਰੀ ਦੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਹੋਏ ਅਲੱਗ ਅਲੱਗ ਪ੍ਰੋਗਰਾਮ ਜਾਂ ਸਮਾਗਮ ਤੁਹਾਡੇ ਰੂਬਰੂ ਕਰੀਏ ਜੀ। ਆਪਾਂ ਅਕਸਰ ਦੇਖਦੇ ਹਾਂ ਮੇਲੇ ਬਹੁਤ ਸਾਰੇ ਦੇਖਣ ਨੂੰ ਮਿਲਦੇ ਨੇ ਜਾਂ ਮਿਲਦੇ ਸੀ, ਵਿਸਾਖੀ ਮੇਲੇ, ਦਿਵਾਲੀ ਮੇਲੇ ਜਾਂ ਹੁਣ ਦੁਸਹਿਰਾ ਮੇਲਾ, ਸਾਰੇ ਮੇਲੇ ਦੇਖਣ ਨੂੰ ਮਿਲਦੇ ਸੀ। ਪਰ ਇੱਕ ਵੱਖਰੀ ਤਰ੍ਹਾਂ ਦੇ ਮੇਲੇ ਵਿੱਚ ਮੈਂ ਤੁਹਾਨੂੰ ਲੈ ਚੱਲਦਾ ਜਿੱਥੇ ਤੁਹਾਨੂੰ ਪੂਰਾ ਮੇਲੇ ਵਰਗਾ ਮਾਹੌਲ ਦਿਸੇਗਾ ਜੀ। ਮੈਂ ਗੱਲ ਕਰ ਰਿਹਾ ਦਾ ਅਮੈਰੀਕਨ ਟਰੈਕਿੰਗ ਸ਼ੋਅ ਜੋ ਕਿ ਸੈਕਰਾਮੈਂਟੋ ਦੇ ਵਿੱਚ ਹੋਇਆ, ਔਰ ਇਸ ਟਰੈਕਿੰਗ ਸ਼ੋਅ ਦੇ ਵਿੱਚ ਪੰਜਾਬੀਆਂ ਤੋਂ ਇਲਾਵਾ ਹੋਰ ਵੀ ਹਰ ਕਮਿਊਨਿਟੀ ਦੇ ਲੋਕਾਂ ਨੇ, ਟਰੱਕਾਂ ਨਾਲ ਸੰਬੰਧਿਤ ਬਿਜ਼ਨਸ ਜਿੰਨੇ ਵੀ ਹੈਗੇ ਨੇ ਉਹਨਾਂ ਨੇ ਇਹਦੇ ਵਿੱਚ ਹਿੱਸਾ ਲਿਆ। ਔਰ ਇਸ ਨੂੰ ਕਰਾਉਣ ਵਾਲੇ ਜਿਹੜੇ ਸੀਗੇ ਉਹ ਰਮਨ ਢਿੱਲੋਂ, ਜਿਨ੍ਹਾਂ ਨੇ ਇਹ ਉਪਰਾਲਾ ਚੱਕਿਆ ਅਤੇ ਨਾਲ ਉਹਨਾਂ ਦੀ ਜਿਹੜੀ ਕੰਪਨੀ ਹੈਗੀ ਆ ਜਾਂ ਟੀਮ ਹੈਗੀ ਆ ਨੈਪਟਾ ਦੀ, ਉਹਨਾਂ ਨੇ ਇਹ ਟਰੈਕਿੰਗ ਸ਼ੋਅ ਜਿਹੜਾ ਹੈਗਾ ਉਹ ਇੱਥੇ ਅਰੇਂਜ ਕੀਤਾ ਸੀ। ਔਰ ਉੱਥੇ ਜਿੱਥੇ ਵੱਖ ਵੱਖ ਤਰ੍ਹਾਂ ਦੇ ਟਰੱਕ ਦੇਖਣ ਨੂੰ ਮਿਲੇ, ਉੱਥੇ ਹੀ ਟਰੱਕਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਲੋਕ ਉੱਥੇ ਦੇਖਣ ਨੂੰ ਮਿਲੇ। ਔਰ ਉਸ ਮੇਲੇ ਦੇ ਵਿੱਚ ਹੋਰ ਕੀ ਰੰਗ ਸੀਗਾ, ਕੀ ਕਿਹਾ ਰਮਨ ਢਿੱਲੋਂ ਨੇ ਜਾਂ ਫਿਰ ਕੀ ਕਿਹਾ ਉੱਥੇ ਹੋਰ ਪਹੁੰਚੇ ਹੋਏ ਟਰੱਕ ਬਿਜ਼ਨਸਮੈਨ ਨੇ, ਆਓ ਲੈ ਚੱਲਦੇ ਤੁਹਾਨੂੰ ਸੈਕਰਾਮੈਂਟੋ ਦੇ ਵਿੱਚ ਇਸ ਅਮੈਰੀਕਨ ਟਰੱਕਿੰਗ ਸ਼ੋਅ ਦੇ ਵਿੱਚ। ਲਓ ਜੀ, ਅਮੈਰੀਕਨ ਟਰੱਕ ਸ਼ੋਅ ਦੇ ਵਿੱਚੋਂ ਤੁਹਾਨੂੰ ਮੈਂ ਰੌਣਕ ਮੇਲਾ ਇੱਥੇ ਦਿਖਾ ਰਿਹਾ। ਹੁਣ ਮੇਰੇ ਨਾਲ ਜੁੜੇ ਨੇ ਇਸ ਸਾਰੇ ਮੇਲੇ ਦੇ ਕਰਤਾ ਧਰਤਾ, ਜਿਨ੍ਹਾਂ ਨੇ ਇਹ ਮੇਲਾ ਉਲੀਕਿਆ, ਜਿਨ੍ਹਾਂ ਦੀ ਇਹ ਮੇਲਾ ਕਾਢ ਹੈ। ਰਮਨ ਢਿੱਲੋਂ ਜੀ ਇਸ ਮੇਲੇ ਦੇ ਕਰਤਾ ਧਰਤਾ, ਅਤੇ ਨਾਲ ਦੀ ਨਾਲ ਪੰਜਾਬੀ ਟਰੱਕਿੰਗ ਮੈਗਜ਼ੀਨ ਇਹਨਾਂ ਦੀ ਜਿਹੜੀ ਆਉਂਦੀ ਹੈ ਉਹ ਵੀ ਪੂਰੀ ਸੁਪਰ ਡੁਪਰ ਹਿੱਟ ਹੈ, ਅਤੇ ਆਪ ਵੀ ਇਹ ਸੁਪਰ ਡੁਪਰ ਹਿੱਟ ਨੇ। ਰਮਨ ਭਾਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਇਸ ਏਡੇ ਵੱਡੇ ਮੇਲੇ ਦੀਆਂ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਭਾਜੀ ਕਿੰਨਵਾਂ ਮੇਲਾ ਹੈਗਾ ਟਰੱਕ ਮੇਲਾ ਜਾਂ ਟਰੱਕ ਸ਼ੁਕਰਾਰਿਓ? ਪਹਿਲਾਂ ਜੀ ਆਪਾਂ 3 ਫਰਿਜ਼ੋ 'ਚ ਕੀਤੇ ਸੀਗੇ, ਪਰ ਇਹ ਹੁਣ ਸੈਕਰਾਮੈਂਟੋ ਪਹਿਲੀ ਵਾਰੀ ਕੀਤਾ ਆਪਾਂ, ਅਤੇ ਸੈਕਰਾਮੈਂਟੋ ਜਿਹੜਾ ਆ ਇਹ ਪਹਿਲਾ ਜਿਹੜਾ ਆਪਣਾ ਮੇਲਾ ਹੈਗਾ। ਅੱਛਾ, ਅੱਜ ਵੀ ਮੈਂ ਦੇਖ ਰਿਹਾ ਬੜੀ ਰੌਣਕ ਹੈ ਜੀ, ਪੂਰੀ ਦੂਰੋਂ ਦੂਰੋਂ ਪੂਰੇ ਮੇਰੇ ਖਿਆਲ ਕੈਲੀਫੋਰਨੀਆ ਤੋਂ ਬਾਹਰੋਂ ਵੀ ਆਏ ਨੇ, ਮੈਨੂੰ ਫੋਨ ਇੱਕ ਦੋ ਆਏ ਹੋਏ ਨੇ ਲੋਕ ਟੈਕਸਸ ਤੋਂ ਵੀ ਆਏ ਨੇ ਔਰ ਹੋਰ ਜਗ੍ਹਾ ਤੋਂ ਵੀ ਇਸ ਮੇਲੇ ਨੂੰ ਉਚੇਚੇ ਤੌਰ 'ਤੇ ਅਟੈਂਡ ਕਰਨ ਵਾਸਤੇ ਆਏ ਨੇ। ਅਤੇ ਇਸ ਮੇਲੇ ਦਾ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਕਿਵੇਂ ਆਇਆ, ਸਭ ਤੋਂ ਪਹਿਲੀ ਵਾਰ ਜਿਹੜਾ ਮੇਲਾ ਕਰਵਾਇਆ ਤੁਸੀਂ, ਜਾਂ ਤੁਸੀਂ ਟਰੱਕਿੰਗ ਬਿਜ਼ਨਸ ਨਾਲ ਰਿਲੇਟਡ ਹੋ ਜਾਂ ਵੈਸੇ? ਬਿਲਕੁਲ ਜੀ, ਮੈਂ 96 ਤੋਂ ਟਰੱਕਿੰਗ ਦੇ ਨਾਲ ਰਿਲੇਟਡ ਹੈਗਾ, ਅਤੇ ਫਿਰ ਖੁਦ ਟਰੱਕਿੰਗ ਕੰਪਨੀ ਰਨ ਕੀਤੀ ਆ, ਖੁਦ ਬ੍ਰੋਕਰੇਜ ਕੀਤੀ, ਕਈ ਕੁਛ ਕੀਤਾ, ਅਤੇ ਉਸ ਤੋਂ ਬਾਅਦ ਫਿਰ ਇਹ ਦਿਮਾਗ 'ਚ ਆਇਆ ਕਿ ਜਿਹੜਾ ਇੱਕ ਇਨਫੋਰਮੇਸ਼ਨ ਨਹੀਂ ਮਿਲਦੀ ਹੈਗੀ ਆਪਣੇ ਟਰੱਕਰ ਨੂੰ ਟਾਈਮ 'ਤੇ, ਅਤੇ ਉਹਦੇ ਵਾਸਤੇ ਜਿਹੜਾ ਟਾਈਮ 'ਤੇ ਇਨਫੋਰਮੇਸ਼ਨ ਲਿਆਉਣੀ, ਅਤੇ ਅਸੀਂ ਉਸ ਤੋਂ ਮੈਗਜ਼ੀਨ ਤੋਂ ਸ਼ੁਰੂ ਕੀਤਾ, ਹੌਲੀ ਹੌਲੀ ਕਰਦੇ ਕਰਦੇ ਫਿਰ ਟਰੱਕ ਸ਼ੋਅ ਵੱਲ ਨੂੰ ਵਧੇ। ਸੋ ਇਹ ਜਿਹੜਾ ਕੰਮ ਸੀਗਾ ਹੌਲੀ ਹੌਲੀ ਕਰਦੇ ਕਰਦਿਆਂ ਇਸ ਪੁਆਇੰਟ 'ਤੇ ਆ ਗਏ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਲੋੜ ਹੈਗੀ ਇਸ ਵੇਲੇ ਐਜੂਕੇਸ਼ਨ ਦੀ, ਅਵੇਅਰਨੈਸ ਦੀ, ਨਵੇਂ ਲਾਅ ਬਣਦੇ ਆ, ਨਵੀਆਂ ਚੀਜ਼ਾਂ ਆਉਂਦੀਆਂ, ਉਹਨਾਂ ਦੇ ਬਾਰੇ ਟਾਈਮ 'ਤੇ ਪਤਾ ਨਹੀਂ ਲੱਗਦਾ, ਅਤੇ ਇਸ ਕਰਕੇ ਹਰ ਇੱਕ ਬੰਦਾ ਜਿਹੜਾ ਜਦੋਂ ਲਾਅ ਬਣ ਜਾਂਦਾ, ਜਦੋਂ ਸਾਰਾ ਕੁਝ ਹੋ ਜਾਂਦਾ, ਉਦੋਂ ਪਤਾ ਲੱਗਦਾ ਅਤੇ ਉਦੋਂ ਟੂ ਲੇਟ ਹੋ ਜਾਂਦਾ। ਸੋ ਇਸ ਸਿਲਸਿਲੇ ਦੇ ਵਿੱਚ ਹੀ ਅਸੀਂ ਸਾਰਾ ਕੁਝ ਜਿਹੜਾ ਇਹ ਸਾਰਾ। ਸੋ ਅਸੀਂ ਇੱਥੇ ਹੈਗੇ ਹਾਂ ਅਮੈਰੀਕਨ ਟਰੱਕਿੰਗ ਸ਼ੋਅ ਦੇ ਵਿੱਚ, ਜਿੱਥੇ ਕਿ ਅੱਜ ਆਪਾਂ ਗੱਲ ਕਰਾਂਗੇ ਟ੍ਰਿਨਿਟੀ ਲੌਜਿਸਟਿਕ ਦੇ ਮਿਸਟਰ ਜੌਨਸਨ ਦੇ ਨਾਲ, ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਟਰੱਕਿੰਗ ਜਿਹੜੀ ਇੰਡਸਟਰੀ ਹੈਗੀ ਉਹਦੇ ਵਿੱਚ ਕੰਮ ਕਰਦੇ ਆ ਰਹੇ ਆ। ਸੋ ਮਿਸਟਰ ਜੌਨਸਨ, ਹਾਊ ਲੌਂਗ ਯੂ ਬੀਨ ਵਰਕਿੰਗ ਵਿਦ ਦ ਪੰਜਾਬੀ ਟਰੱਕਿੰਗ? 22 ਈਅਰਸ। 22 ਈਅਰਸ? 22 ਈਅਰਸ, ਯੈਸ ਸਰ। ਸੋ how you got into this industry? My great grandfather and my great grandmother were both truck drivers. They passed the business down to my father. My father went bankrupt with it in the 80s. Mm-hmm. Moved us back home to Hawaii. When I was 17 years old, we moved to California, and the only business he knew was trucking. So he got back into the business, and in fact he was working with the Gill brothers down in Fowler, California. And eventually started working with Trinity Logistics, and when I turned 21 I started working with them and took over the business. ਲਓ ਜੀ, ਟਰੱਕਾਂ ਦੇ ਇਸ ਮੇਲੇ ਵਿੱਚ ਦਾ ਅਮੈਰੀਕਨ ਟਰੱਕ ਸ਼ੋਅ ਜਿਹੜਾ ਹੋ ਰਿਹਾ, ਹੁਣ ਅਸੀਂ ਜੁੜੇ ਹਾਂ ਇੱਕ ਖਾਸ ਜਿਹੜੀ ਚੀਜ਼ ਹੈਗੀ ਟਰੱਕਾਂ ਨਾਲ ਜੁੜੀ, ELD ਨਾਮ ਦੀ ਇੱਕ ਚੀਜ਼ ਆਈ ਸੀਗੀ ਕਿ ਸਾਡੇ ਪੰਜਾਬੀ ਪਹਿਲਾਂ ਤੋਂ ਬਹੁਤ ਡਰਦੇ ਸੀਗੇ ਜੀ। ਸਰਬਜੀਤ ਸਿੰਘ ਸਾਹੀ ਸਾਹਿਬ ELD ਤੋਂ ਹੈਗੇ ਨੇ, ਇਹ ਕੀ ਹੈ ਜੀ ELD? ਸਾਡੇ ਪੰਜਾਬੀ ਡਰਦੇ ਕਿਉਂ ਸੀ ਇਹ ਤੋਂ? ਡਰਦੇ ਵੀਰ ਜੀ ਇਸ ਦੀ ਸੀ ਕਿਉਂਕਿ ਆਪਾਂ ਸਾਰੇ ਚਾਹੁੰਦੇ ਸੀ ਕੰਮ ਜ਼ਿਆਦਾ ਕਰੀਏ, ਔਖੇ ਕਰੀਏ, ਸੌਖੇ ਕਰੀਏ ਅਤੇ ਚਾਰ ਪੈਸੇ ਘਰ ਲਈ ਕਮਾਈਏ। ELD ਆਉਣ ਨਾਲ ਮੈਂ ਮੰਨਦਾ ਕਿ ਥੋੜ੍ਹੀ ਜਿਹੀ ਸਖਤੀ ਹੋਈ ਹੈ ਕਾਨੂੰਨਾਂ ਦੀ, ਬੰਦੇ ਨੂੰ ਥੋੜ੍ਹਾ ਲੀਗਲ ਚੱਲਣਾ ਪਵੇਗਾ, ਬਟ ਲੌਂਗ ਰਨ 'ਚ ਇਹ ਸਾਰਿਆਂ ਵਾਸਤੇ ਚੰਗੀ ਗੱਲ ਹੈ,
ਡਰਾਈਵਰਾਂ ਵਾਸਤੇ, ਕੰਪਨੀਆਂ ਵਾਸਤੇ, ਕਿਉਂਕਿ ਤੁਹਾਨੂੰ ਇਹ ਫੈਟਿਕ ਨਹੀਂ ਹੋਏਗਾ, ਤੁਸੀਂ ਲਾ ਦੇ ਹਿਸਾਬ ਨਾਲ ਚੱਲੋਗੇ, ਪ੍ਰੋਪਰ ਰੈਸਟ ਕਰੋਗੇ, ਅਤੇ ਇਹ ਬੜੀ ਵਧੀਆ ਚੀਜ਼ ਹੈ ਮਾਰਕੀਟ 'ਤੇ। ਮੈਂ ਸਮਝਦਾ ਕਿ ਜਿਹੜੀ ਇਹ ਕੰਪਨੀਆਂ ਵਾਸਤੇ ਅਤੇ ਡਰਾਈਵਰ ਵਾਸਤੇ ਬਹੁਤ ਚੰਗੀ ਚੀਜ਼ ਹੈ। ਅਤੇ ਹੁਣ ਤਾਂ ਮੇਰੇ ਖਿਆਲ ਪੰਜਾਬੀ ਗਿੱਜ ਕੇ ਹੁਣੇ ਆਦਤ ਪੈ ਗਈ ਹੋਣੀ, ਅੱਧਾ 2 ਕੁ ਸਾਲ ਹੋ ਗਏ ਨੇ, ਕਿਉਂਕਿ ਏ ਓ ਬੀ ਆਰ ਡੀ ਲੱਗਣ ਨਾਲ ਲੋਕਾਂ ਨੂੰ ਥੋੜ੍ਹਾ ਜਿਹਾ ਲੈਵਲ 'ਤੇ ਆ ਰਹੇ ਨੇ ਲੋਕ, ਪੂਰੇ ਆਏ ਨਹੀਂ, ਅਤੇ ਬਟ ਉਮੀਦ ਹੈ ਵੀ ਦਸੰਬਰ ਤੱਕ ਸਾਰੇ ਆਪਣੇ ਡਰਾਈਵਰ ਵੀਰ ਸਰ ਜਿੰਨੇ ਵੀ ਹੈਗੇ ਸਾਰੇ ਉਹ ਬਿਲਕੁਲ ਆਪਣਾ ਲੀਗਲ ਚੱਲਣਗੇ ਅਤੇ ਈ ਐੱਲ ਡੀ ਦਾ ਪੂਰਾ ਫਾਇਦਾ ਉਠਾਉਣਗੇ। ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਹੁਣ ਗਿਲਸਨ ਟਰੈਕਿੰਗ ਅਤੇ ਸੀ ਸਟਾਰ ਦੇ ਅਸੀਂ ਬੂਥ 'ਤੇ ਹੈਗੇ ਹਾਂ, ਔਰ ਸਾਡੇ ਨਾਲ ਜਾਣੇ ਪਹਿਚਾਣੀ ਹਸਤੀਆਂ ਹੈਗੀਆਂ ਨੇ, ਅਕਸਰ ਤੁਸੀਂ ਦੇਖਦੇ ਰਹਿੰਦੇ ਹੋ ਟੀਵੀ 'ਤੇ, ਅਤੇ ਬਿਕਰਮ ਗਿੱਲ ਸਾਹਿਬ ਅਤੇ ਨਾਲ ਨਾਲ ਹਰਸਿਮਰਨ ਸੰਗਰਾਮ ਸਿੰਘ ਜੀ। ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਇੱਥੇ ਕਹਾਂ ਮੈਂ। ਹਾਂਜੀ 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 ਬਿਕਰਮ ਭਾਅ ਜੀ, ਅੱਜ ਇਹ ਮੇਲਾ ਟਰੱਕਾਂ ਦਾ ਮੇਲਾ, ਆਪਾਂ ਵਿਸਾਖੀ ਮੇਲੇ ਬਹੁਤ ਦੇਖੇ ਆ, ਇਹ ਟਰੱਕਾਂ ਦਾ ਮੇਲਾ ਇਹ ਕਿੰਨੇ ਕੁ ਜ਼ਰੂਰੀ ਨੇ ਇਹੋ ਜਿਹਾ? ਇਹ ਬਹੁਤ ਜ਼ਰੂਰੀ ਆ ਜੀ, ਜਿਨ੍ਹਾਂ ਨੇ ਨਵੀਆਂ ਕੰਪਨੀਆਂ ਸਟਾਰਟਅਪ ਕੀਤੀਆਂ, ਨਵੇਂ ਬੰਦੇ ਟਰੱਕਿੰਗ 'ਚ ਆਏ, ਜਿਵੇਂ ਟੈਕਨੋਲੋਜੀ ਆ, ਟਰੱਕਿੰਗ ਹੈ ਹੀ ਟੈਕਨੋਲੋਜੀ ਦੀ ਰਹਿ ਗਈ ਆ, ਜੇ ਇਹੋ ਜਿਹੇ ਮੇਲਿਆਂ 'ਤੇ ਆਵਾਂਗੇ ਤਾਂ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲੂਗਾ। ਪਰ ਜੇ ਹਿਸਾਬ ਨਾਲ ਹੀ ਵੇਖ ਰਹੇ ਹਾਂ ਕੱਲ੍ਹ ਦੇ, ਉਸ ਹਿਸਾਬ ਨਾਲ ਸੰਗਤ ਆ ਜਿਹੜੀ ਬਹੁਤ ਘੱਟ ਆਈ ਆ। ਮੈਂ ਹਰ ਇੱਕ ਨੂੰ ਇਹੋ ਹੀ ਬੇਨਤੀ ਕਰਦਾ, ਜੋ ਵੀ ਹੈਗਾ ਆ ਸੰਗਤ, ਉਹਨਾਂ ਨੂੰ ਇਹਨਾਂ ਮੇਲਿਆਂ 'ਤੇ ਜ਼ਰੂਰ ਆਉਣਾ ਚਾਹੀਦਾ, ਸਿੱਖਣ ਲਈ ਬਹੁਤ ਕੁਛ ਮਿਲਦਾ ਆ ਨੌਲੇਜ ਵਾਈਜ਼ ਜੀ। ਹਾਂਜੀ ਭਾਅ ਜੀ, ਇੱਥੇ ਜਿਹੜੇ ਵੈਸੇ ਬੜਾ ਵਧੀਆ ਉਪਰਾਲਾ ਕੀਤਾ ਰਮਨ ਢਿੱਲੋਂ ਉਹਨਾਂ ਨੇ ਤੁਸੀਂ ਸਾਰੇ ਰਲ ਕੇ, ਪਰ ਇਹ ਉਪਰਾਲੇ ਨੂੰ ਹੋਰ ਉੱਪਰ ਅਸੀਂ ਕਿਵੇਂ ਚੱਕ ਸਕਦੇ ਹਾਂ, ਲੋਕਾਂ ਨੂੰ ਆਦਤ ਕਿਵੇਂ ਪੈ ਸਕਦੀ ਹੈ ਕਿ ਇਹੋ ਜਿਹੇ ਸੈਮੀਨਾਰ ਜਾਂ ਇਹੋ ਜਿਹੇ ਜਦੋਂ ਪ੍ਰੋਗਰਾਮ ਹੁੰਦੇ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ, ਕੀ ਕਰਨਾ ਚਾਹੀਦਾ ਉਹਦੇ ਵਾਸਤੇ? ਜਿਵੇਂ ਕਿ ਬਿਕਰਮ ਹੋਣਾ ਨੇ ਇਹ ਗੱਲ ਕਹੀ ਆ ਕਿ ਜਿੰਨੇ ਸਾਡੇ ਕੋਲ ਰੀਸੋਰਸ ਅਵੇਲੇਬਲ ਆ, ਅਸੀਂ ਉਹਨਾਂ ਨੂੰ ਅਵੇਲ ਨਹੀਂ ਕਰਦੇ, ਉਹਨਾਂ ਦਾ ਜਿਹੜਾ ਲਾਭ ਆ ਉਹ ਨਹੀਂ ਲੈਂਦੇ। ਤੁਹਾਨੂੰ ਯਾਦ ਹੋਣਾ ਕਿ ਆਪਣੇ ਪੰਜਾਬ 'ਚ ਵੀ ਸੇਮ ਹੀ ਹਾਲ ਸੀ ਆਪਣਾ, ਜਿਹੜੇ ਖੇਤੀ ਨਾਲ ਸੰਬੰਧਿਤ ਸੀਗਾ, ਲੋਕ ਕਦੀ ਵੀ ਕਿਸਾਨ ਮੇਲੇ 'ਤੇ ਜਾਣਾ ਪਸੰਦ ਨਹੀਂ ਕਰਦੇ ਸੀਗੇ। ਉਹੋ ਹੀ ਸਾਡਾ ਜਿਹੜਾ ਸੁਭਾਅ ਆ ਉਹ ਇੱਥੇ ਬਣਿਆ ਵਾ ਕਿ ਇੰਨਾ ਤੁਸੀਂ ਵੇਖਿਆ ਹੀ ਆ ਘੁੰਮ ਕੇ ਕਿ ਤਕਰੀਬਨ ਬੈਂਕਾਂ, ਜਿਹੜੇ ਟਰੱਕ ਟ੍ਰੇਲਰ ਵੇਚਣ ਵਾਲੇ ਨੇ, ਹੋਰ ਜਿਹੜੇ ਟਰੈਕਿੰਗ ਰਿਲੇਟਡ ਆ, ਸਾਰੇ ਇੱਥੇ ਪਹੁੰਚੇ ਆ। ਅਤੇ ਜਦੋਂ ਤੁਸੀਂ ਉਹਨਾਂ ਨਾਲ ਜਾ ਕੇ ਪਰਸਨਲੀ ਗੱਲ ਕਰਦੇ ਆ ਤਾਂ ਆਪਣੀ ਪ੍ਰੋਬਲਮ ਦੱਸਦੇ ਆ, ਇੱਥੇ ਸੀ ਐੱਚ ਪੀ ਵਾਲੇ ਵੀ ਆਏ ਆ, FMCSA ਵਾਲੇ ਵੀ ਆਏ ਆ, ਇਹੋ ਹੀ ਮੇਨ ਅਥੋਰਿਟੀਜ਼ ਆ ਜਿਹੜੀਆਂ ਟਰੈਕਿੰਗ ਨੂੰ ਰਨ ਕਰਦੀਆਂ ਚਾਹੇ ਮੋਨੀਟਰ ਕਰਦੀਆਂ ਸਾਰਾ ਕੁਛ। ਜਿਹੜੀਆਂ ਟਰੈਕਿੰਗ ਨਾਲ ਰਿਲੇਟਡ ਬਹੁਤ ਸਾਰੀਆਂ ਸਰਵਿਸਿਜ਼ ਆ ਜਿਹੜੀਆਂ ਕਿ ਸਾਰੇ ਆਪਣੇ ਪੰਜਾਬੀ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ ਆ, ਜਿਹਦੇ ਵਿੱਚ ਕਿ ਆਉਣ ਵਾਲੀ ELD ਦੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਆ, ਜਿਹੜੀ ਦਸੰਬਰ ਦੇ ਵਿੱਚ ਮੈਂਡੇਟਡ ਹੋਣ ਲੱਗੀ ਆ ਫੈਡਰਲ ਮੋਟਰ ਕੈਰੀਅਰ ਵੱਲੋਂ, ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਜਿਹੜੀ ਕਿ ਸਾਰੇ ਟਰੱਕਰ ਭਰਾਵਾਂ ਨੂੰ ਛੇਤੀ ਤੋਂ ਛੇਤੀ ਉਹਦੇ ਲਈ ਇੰਪਲੀਮੈਂਟ ਕਰਨਾ ਚਾਹੀਦਾ ਆ। ਦੂਜੀ, ਕਿਸੇ ਤਰ੍ਹਾਂ ਦੀ ਕੰਸਲਟੇਟਿਵ ਸਰਵਿਸਿਜ਼ ਆ ਅਤੇ ਗਲੋਬਲ ਮਲਟੀ ਸਰਵਿਸਿਜ਼ ਹਮੇਸ਼ਾ ਹੀ ਟਰੱਕਰ ਭਰਾਵਾਂ ਦੀ ਹੈਲਪ ਲਈ ਤਿਆਰ ਰਹਿੰਦੀ ਆ, ਜਿਹੜੀ ਕਿ ਵੀ ਤੁਸੀਂ ਸਾਨੂੰ ਕਦੇ ਵੀ ਕਿਸੇ ਟਾਈਮ ਵੀ ਕੋਈ ਵੀ ਸਵਾਲ ਟਰੈਕਿੰਗ ਨਾਲ ਰਿਲੇਟਡ ਪੁੱਛ ਸਕਦੇ ਹਾਂ। ਅਸੀਂ ਗਲੋਬਲ ਮਲਟੀ ਸਰਵਿਸ ਵੱਲੋਂ ਇਹ ਸ਼ੋਰ ਕਰਦੇ ਹਾਂ ਕਿ ਅਸੀਂ ਤੁਹਾਡੀ ਹਰ ਖੇਤਰ ਦੇ ਵਿੱਚ ਟਰੈਕਿੰਗ ਇੰਡਸਟਰੀ ਸਰਵਿਸਿਜ਼ ਦੇ ਹਰ ਖੇਤਰ ਦੇ ਵਿੱਚ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ। ਟਰੱਕ ਪਰਮਿਟਸ ਤੋਂ ਲੈ ਕੇ IRB ਪਲੇਟਾਂ, ਟਰੱਕ ਵਾਸ਼, ਰਿਪੇਅਰ ਸ਼ਾਪਸ, ਅਸੀਂ ਸਾਰੀਆਂ ਸਰਵਿਸਿਜ਼ ਸਟਾਕਟਨ ਦੇ ਵਿੱਚ, ਸਾਡੀਆਂ 2 ਲੋਕੇਸ਼ਨਾਂ ਆ, ਇੱਕ ਮਾਈਨਰ ਐਵੇਨਿਊ ਅਤੇ ਦੂਜੀ ਸਟਾਕਟਨ ਸਟਰੀਟ ਦੇ ਉੱਤੇ, ਜਿੱਥੇ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਆਈ ਐਮ ਚੈਲਸੀ ਟੀਓ, ਆਈ ਐਮ ਕਸਟਮਰ ਸਕਸੈਸ ਮੈਨੇਜਰ ਐਟ ਕੈਮਵੇ ਟ੍ਰਾਂਸਪੋਰਟੇਸ਼ਨ। ਵੀ ਆਰ ਹੇਅਰ ਸ਼ੋਕੇਸਿੰਗ ਕੈਮਵੇ ਐਟ ਦ ਵੰਡਰਫੁਲ American Trucking Show in Sacramento. We've brought a beautiful truck and trailer out in the show and shine. We're hiring drivers, now recruiting for owner-operators, small fleets to participate in our Polar program, part of our power-only fleet. I have Neet from Carrier Sales here with me. She works in our Team Canada office. And joined by our friend Harmon from Golden State Transport out of Yuba City. We are from Fresno, California. Big Rig Tires and Alignment, 2881 East Johnson, Fresno, California. ਸਾਡੀਆਂ 2 ਲੋਕੇਸ਼ਨਾਂ ਨੇ ਉੱਥੇ, ਜਿੱਥੋਂ ਤੁਸੀਂ ਹਰ ਤਰੀਕੇ ਦੇ ਟਾਇਰ ਪਵਾ ਸਕਦੇ ਹੋ। ਇਸ ਟਾਈਮ ਆਪਾਂ ਪ੍ਰਮੋਸ਼ਨ JK ਟਾਇਰਾਂ ਦੀ ਕਰ ਰਹੇ ਹਾਂ, ਅਤੇ JK ਟਾਇਰ ਬਹੁਤ ਵਧੀਆ ਟਾਇਰ, ਮੇਡ ਇਨ ਇੰਡੀਆ ਟਾਇਰ ਆ, ਬਹੁਤ ਅੱਛਾ ਚੱਲ ਰਿਹਾ ਟਾਇਰ ਇਸ ਵੇਲੇ। ਅਤੇ ਐਸੇ ਮੇਲਿਆਂ 'ਤੇ ਆ ਕੇ ਜਿਹੜੇ ਆਉਂਦੇ ਨੇ ਸਾਰੇ, ਉਹਨਾਂ ਨੂੰ ਹਰ ਤਰੀਕੇ ਦੀ ਨੌਲੇਜ ਮਿਲਦੀ ਆ, ਡਿਸਕਾਊਂਟਸ ਨੇ, ਸਕੀਮਾਂ ਨੇ, ਅਤੇ ਇਸ ਮੇਲੇ 'ਤੇ ਆ ਕੇ ਲੋਕ ਕਈ ਚੀਜ਼ਾਂ ਦਾ ਲਾਇਆ ਖੱਟ ਸਕਦੇ ਨੇ। ਵਾਹ ਜੀ ਵਾਹ। ਦਾ ਅਮੈਰੀਕਨ ਟਰੱਕ ਸ਼ੋਅ ਦੇ ਵਿੱਚ ਹੁਣ ਅਸੀਂ ਪਹੁੰਚ ਗਏ ਜੀ ਜਗਦੀਪ ਸਿੰਘ ਜੀ, ਜਿਹੜੇ ਕਿ ਫਰਿਜਨੋ ਤੋਂ ਆਏ ਨੇ, ਔਰ ਜਿੰਨੇ ਕਲਾਕਾਰ ਮਸ਼ਹੂਰ ਹੁੰਦੇ ਉਨੇ ਇਹ ਮਸ਼ਹੂਰ ਨੇ। ਹਾਂਜੀ, ਸਵਾਗਤ ਹੈ ਜੀ ਜਸ ਪੰਜਾਬੀ ਦੇ। ਬਿਲਕੁਲ ਸਵਾਗਤ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਅਤੇ ਜਗਤਾਰ ਭਾਅ ਜੀ ਤੁਹਾਡਾ ਇਹ ਕਹਿ ਲਓ ਵੀ ਮਾਣ ਬਖਸ਼ਿਆ ਇੰਨਾ ਸਾਡੀ ਇੰਟਰਵਿਊ ਲੈ ਰਹੇ ਹੋ।
ਅੱਛਾ, ਅੱਜ ਇਹ ਜਿਹੜਾ ਹੋ ਰਿਹਾ ਦ ਅਮੈਰੀਕਨ ਟਰੈਕਿੰਗ ਸ਼ੋ ਹੋ ਰਿਹਾ, ਇਹ ਕਿੰਨੀ ਕੁ ਜ਼ਰੂਰਤ ਹੈਗੀ ਇਹੋ ਜਿਹੇ ਮੇਲਿਆਂ ਦੀ ਜਾਂ ਇਹੋ ਜਿਹੀ ਅਵੇਅਰਨੈਸ ਦੀ, ਔਰ ਤੁਹਾਡਾ ਕਾਹਦਾ ਕਾਹਦਾ ਕੰਮ ਹੈ ਟਰੈਕਿੰਗ ਨਾਲ ਸੰਬੰਧਿਤ? ਬਿਲਕੁਲ ਭਾਅ ਜੀ, ਇੱਦਾਂ ਦਾ ਘੱਟੋ ਘੱਟ ਸਾਲ ਦੇ ਵਿੱਚ ਇੱਕ ਜਾਂ ਦੋ ਇਵੈਂਟ ਜ਼ਰੂਰ ਹੋਣੇ ਚਾਹੀਦੇ ਆ ਜਿੱਥੇ ਕਿ ਸਾਰੇ ਆਪਣੇ ਟਰੈਕਿੰਗ ਬਿਜ਼ਨਸ ਨਾਲ ਰਿਲੇਟਡ ਬੰਦੇ, ਵੈਂਡਰ ਲਾ ਲਓ, ਆਪਣੇ ਫੈਕਟਰਿੰਗ ਕੰਪਨੀਆਂ ਲਾ ਲਓ, ਇੰਸ਼ੋਰੈਂਸ ਵਾਲੇ ਲਾ ਲਏ ਸਾਡੇ ਵਾਂਗੂ, ਟਰੱਕ ਪਾਰਟਸ ਵਾਲੇ, ਜਿੱਥੇ ਸਾਰੇ ਇਕੱਠੇ ਹੋ ਕੇ ਇੰਟਰੈਕਸ਼ਨ ਕਰ ਸਕਣ, ਹੈ ਨਾ। ਮੈਂ ਬਲਜਿੰਦਰ ਬੋਲੇਵਾਲ ਬੋਲਦਾ, ਬੀਜੇ ਗੇਅਰ ਤੋਂ ਜੀ। ਸਾਡਾ ਹੈਗਾ ਗੇਅਰ ਸ਼ਾਪ ਆ, ਅਸੀਂ ਟਰਾਂਸਮਿਸ਼ਨਾਂ ਦਾ ਕੰਮ ਕਰਦੇ ਹਾਂ, ਰੇਰਨ ਦਾ ਕੰਮ ਕਰਦੇ ਹੈਗੇ ਹਾਂ। ਸਾਡੇ ਕੋਲ ਰੀਬਲ ਟਰਾਂਸਮਿਸ਼ਨ ਰੇਰਨ ਸਟਾਕ ਦੇ ਵਿੱਚ ਹੁੰਦੇ ਆ ਅਤੇ ਇੰਸਟਾਲ ਵੀ ਕਰਦੇ ਹੈਗੇ ਹਾਂ, ਤਾਂ ਸਾਡੇ ਕਾਫੀ ਵੱਡੀ ਇਨਵੈਂਟੋਰੀ ਹੈਗੀ ਆ, ਅਸੀਂ ਡਿਲੀਵਰ ਵੀ ਕਾਫੀ ਦੂਰ ਤੱਕ ਕਰਦੇ ਹੈਗੇ ਹਾਂ। ਸਾਨੂੰ ਪਿਛਲੇ 29 ਸਾਲਾਂ ਤੋਂ ਇਸ ਸੇਮ ਪਲੇਸ 'ਤੇ ਕੰਮ ਕਰਦੇ ਹੈਗੇ ਹਾਂ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੱਗੀ ਜੀ, ਗੱਲ ਇੱਦਾਂ ਹੈ ਕਿ ਜਿਹੜਾ ਅਸੀਂ ਚੀਜ਼ ਮਾਰਕੀਟ 'ਚ ਲੈ ਕੇ ਆ ਰਹੇ ਹਾਂ, ਇਹ ELD ਜਿਹੜੀ ਟਰੈਕਿੰਗ ਦਾ ਸਭ ਤੋਂ ਵੱਡਾ ਪਾਰਟ ਹੈ, ELD ਉਹ ਸਾਡਾ ਮਾਰਕੀਟ ਦੇ ਵਿੱਚ ਨਵਾਂ ਪ੍ਰੋਡਕਟ ਅਸੀਂ ਲਾਂਚ ਕਰ ਰਹੇ ਹਾਂ। ਇਹ ਹਾਰਡ ਵਾਇਰਡ ਡਿਵਾਈਸ ਹੈ। ਬਾਹਲੀ ਜਿਹੜੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਸੀ, ਕਨੈਕਟੀਵਿਟੀ ਦੀ ਪ੍ਰੋਬਲਮ ਆਉਂਦੀ ਸੀ, ਕਿਤੇ ਡਾਟਾ ਸਿੰਕ ਨਹੀਂ ਹੋ ਰਿਹਾ, ਕਿਤੇ ਫੋਨ ਕਿਸੇ ਦਾ ਖਰਾਬ ਹੋ ਗਿਆ ਜਾਂ ਇਹੋ ਜਿਹੀਆਂ ਗੱਲਾਂ ਸੀ, ਉਹ ਸਾਰੀਆਂ ਅਸੀਂ ਵਿੱਚੋਂ ਕੱਢ ਦਿੱਤੀਆਂ ਨੇ। ਇਹ ਬਿਲਕੁਲ ਹਾਰਡ ਵਾਇਰਡ ਅਤੇ ਸੈਟਾਲਾਈਟ ਬੇਸਡ ਸਾਡਾ ਡਿਵਾਈਸ ਹੈ। ਸੋ ਇਹਦੀ ਕੋਈ ਇਸ਼ੂ ਨਹੀਂ ਆਊਗਾ ਕਦੇ ਵੀ ਕਿ ਡਾਟਾ ਸਿੰਕ ਨਹੀਂ ਹੋਇਆ ਜਾਂ ਕੋਈ ਇਹਦੇ ਡਰਾਈਵਰ ਨੂੰ ਪਰੇਸ਼ਾਨੀ ਹੈ। ਸਭ ਤੋਂ ਵੱਡੀ ਗੱਲ ਅਸੀਂ ਕੀਤੀ, ਇਹਦੇ ਵਿੱਚ ਅਸੀਂ ਨੈਵੀਗੇਸ਼ਨ ਪਾ ਦਿੱਤਾ ਜੀ। ਜਿਵੇਂ ਸਾਡੇ ਪੰਜਾਬੀਆਂ ਨੂੰ ਪਤਾ ਹੈ ਕਿ ਪਿੱਛੇ ਜੇ ਇੱਕ ਬਹੁਤ ਵੱਡਾ ਹਾਦਸਾ ਅਮਰੀਕਾ ਦੇ ਵਿੱਚ ਹੋਇਆ ਸੀ, ਸੰਦੀਪ ਧਾਲੀਵਾਲ ਜੋ ਕਿ ਡਿਪਟੀ ਸ਼ੈਰਿਫ ਸੀਗੇ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਪਰ ਅਸੀਂ ਸਦਕੇ ਜਾਈਏ ਇੱਥੋਂ ਦੀ ਗੌਰਮੈਂਟ ਦੇ, ਇੱਥੋਂ ਦੇ ਸਿਸਟਮ ਦੇ, ਇੱਥੋਂ ਦੇ ਕਾਨੂੰਨ ਦੇ, ਕਿ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਗਿਆ। ਔਰ ਅਸੀਂ ਅਗਰ ਗੱਲ ਕਰੀਏ ਜਿੱਥੇ ਬਹੁਤ ਮੰਦਭਾਗੀ ਘਟਨਾ, ਬਹੁਤ ਮਾੜੀ ਗੱਲ ਹੈ, ਉਹ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਉੱਥੇ ਹੀ ਸੰਦੀਪ ਧਾਲੀਵਾਲ ਆਪਣੀ ਕੁਰਬਾਨੀ ਦੇ ਕੇ ਸਾਡੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿਵਾਉਣ ਦੇ ਵਿੱਚ ਇੱਕ ਵੱਖਰੀ ਭੂਮਿਕਾ ਜਿਹੜੀ ਉਹ ਅਦਾ ਕਰ ਗਿਆ। ਅਤੇ ਸੰਦੀਪ ਧਾਲੀਵਾਲ ਦੀ ਯਾਦ ਦੇ ਵਿੱਚ ਬਹੁਤ ਜਗ੍ਹਾ ਜਿਹੜੇ ਕੈਂਡਲ ਵਿਜ਼ਲ ਹੋਏ ਨੇ, ਕੈਂਡਲ ਲਾਈਟ ਵਿਜ਼ਲ, ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਦੀ ਹੈ। ਅਤੇ ਇੱਕ ਜਿਹੜੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਫਰਿਜਨੋ ਦੇ ਵਿੱਚ, ਜਿੱਥੇ ਖਾਲਸਾ ਏਡ ਫਰਿਜਨੋ ਵੱਲੋਂ ਸੰਦੀਪ ਧਾਲੀਵਾਲ ਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜ਼ੂਅਲ ਪ੍ਰਬੰਧ ਕੀਤਾ ਗਿਆ ਉੱਥੇ। ਔਰ ਇਸ ਕੈਂਡਲ ਲਾਈਟ ਵਿਜ਼ੂਅਲ ਦੇ ਵਿੱਚ ਜਿਹੜੇ ਸਿਟੀ ਕੌਂਸਲ ਮੈਂਬਰ ਸੀ, ਉਹਨਾਂ ਤੋਂ ਇਲਾਵਾ ਜਿਹੜੇ ਚੀਫ ਹੈਗੇ ਫਰਿਜਨੋ ਪੁਲਿਸ ਦੇ ਜੈਰੀ ਡਾਇਰ, ਉਹ ਵੀ ਸਪੈਸ਼ਲ ਤੌਰ 'ਤੇ ਪਹੁੰਚੇ ਸੀ ਅਤੇ ਉਹਨਾਂ ਨੇ ਉੱਥੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਅਤੇ ਪੰਜਾਬੀ ਭਾਈਚਾਰੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਗੁਰਦੀਪ ਸ਼ੇਰਗਿੱਲ, DJ ਮੱਲੀ ਅਤੇ ਇਸ ਤੋਂ ਇਲਾਵਾ ਜਿਹੜੇ ਹੋਰ ਬਹੁਤ ਸਾਰੇ ਸਾਡੇ ਸਾਥੀ ਮਿੱਤਰ ਦੋਸਤ ਉੱਥੇ ਪਹੁੰਚੇ ਸੀ, ਰਛਪਾਲ ਸਿੰਘ ਵੀ ਪਹੁੰਚੇ ਸੀਗੇ। ਔਰ ਸਾਰਿਆਂ ਨੇ ਪਹੁੰਚ ਕੇ ਜਿੱਥੇ ਇਸ ਕੈਂਡਲ ਲਾਈਟ ਵਿਜ਼ੂਅਲ ਦਾ ਪ੍ਰਬੰਧ ਕੀਤਾ, ਇਹਨੂੰ ਸਿਰੇ ਚੜ੍ਹਾਇਆ, ਉੱਥੇ ਹੀ ਸੰਦੀਪ ਧਾਲੀਵਾਲ ਨੂੰ ਆਪੋ ਆਪਣੇ ਅੰਦਾਜ਼ ਵਿੱਚ ਯਾਦ ਕੀਤਾ। ਆਓ ਦੇਖਦੇ ਹਾਂ ਨੀਟਾ ਮਾਸ਼ੀਕੇ ਦੀ ਫਰਿਜਨੋ ਤੋਂ ਇਹ ਖਾਸ ਰਿਪੋਰਟ। ਗੁਰੂ ਇੱਕ ਓਮਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ, ਦਸਵੇਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰਦੇ ਅਮਰਦਾਸ ਰਾਮਦਾਸਾਂ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਕਿੱਥੇ ਸਬਦ ਬੁਝਾਏ, ਤੇਗ ਬਹਾਦਰ ਸਿਮਰਿਆ ਕਰਨ ਨਿਤ ਆਵੈ ਤਾਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ, ਸ਼ਮਸ਼ੇਰੇ ਬਹਾਦਰ ਪੰਥ ਵਾਲੀ ਅੰਮ੍ਰਿਤ ਕੇ ਦਾਤੇ ਸਤਿਗੁਰੂ, ਸਭ ਥਾਈਂ ਹੋਏ ਸਹਾਇ, ਦਸਮ ਪਾਤਸ਼ਾਹ ਦੇ ਸਭ ਰੂਪ ਸਤਿਗੁਰੂ ਸਾਹਿਬ, ਸੁਨੇਹਾ ਬੋਲੇ ਸੁਨੇਹਾ ਬੋਲੇ ਸੁਨੇਹਾ ਬੋਲੇ ਸੁਨੇਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੋਰ ਦੀ ਸੈਕਰੀਫਾਈਸ ਦੈਟ ਦੇ ਹੈਵ ਮੇਡ through their loved one. Frequently I share at swearing-in ceremonies that although it is the officer who wears the badge, it is the family who carries the weight of that badge. That weight oftentimes involves the burden and the fear that their loved one may not come home.
from the end of their shift. And we certainly saw that here in Houston. An attack against a police officer, no matter where it is in the United States, is an attack against all police officers. And in this case, an attack against a Sikh police officer is an attack against all Sikhs across the United States and truly this world. My number one goal as a police chief has always been to never lose a police officer in the line of duty. And the reason I have that goal, and it is the goal of our department, is because I've seen the devastating impact that the loss of an officer in the line of duty can have on a community. I've seen the impact that it can have on a department. And most importantly, I've seen the impact that it has on the family who lost that officer. Community. He was someone that represented how to build bridges in our community. And I'm here not only as a council member, but also as a Latino leader in the city of Fresno to say that I stand in solidarity. I feel the pain that your community feels because it is these moments that remind us how fragile life can be. And so I want to thank the Dhaliwal family for lending us and for letting Officer Dhaliwal be a hero in not only his community, but also in our entire nation, because now all eyes have been on this tragedy. So I hope, and as we gather here today, that we make this tragedy into something positive in our communities, that we elevate his work, that we continue to build bridges, because it is what he represented. ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਮਹਾਰਾਜ ਅੱਗੇ ਅਰਦਾਸ ਇਹੀ ਆ ਵੀ ਇਹੋ ਜਿਹੀਆਂ ਰੂਹਾਂ ਪਰਮਾਤਮਾ ਦੁਨੀਆਂ 'ਤੇ ਵਾਰ ਵਾਰ ਭੇਜੀ ਸਾਨੂੰ ਲੋੜ ਆ ਇਹੋ ਜਿਹੇ ਵਿਅਕਤੀ ਇਟ ਰੀਚਸ ਅਕ੍ਰੋਸ ਐਵਰੀ ਰੇਸ ਕਲਰ ਕ੍ਰੀਡ ਐਂਡ ਐਜ਼ ਵੀ ਆਨਰ ਦ ਲਾਈਫ ਆਫ ਆਫੀਸਰ ਡਾਲਵਾਲ ਟੁਨਾਈਟ ਆਈ ਆਸਕ ਦੈਟ ਮੇ ਗੋਡ ਕੰਫਰਟ ਹਿਸ ਫੈਮਿਲੀ. May God comfort the Sikh community, and may we all learn to continue to embrace each other and to love each other like how you have shown us since you have come here to America. Your community is rich, your community is peaceful, your community is prosperous, and you are just as American. ਸੁੱਖ ਵੇਲੇ ਸਾਰੇ ਸਾਥ ਹੁੰਦੇ ਆ, ਪਰ ਦੁੱਖ ਵੇਲੇ ਕੋਈ ਵੀ ਸਾਥ ਹੁੰਦਾ? ਸੋ ਤੁਸੀਂ ਅੱਜ ਸਾਰੇ ਇੱਥੇ ਆਏ ਆ, ਡਿਪਟੀ ਸਾਹਿਬ, ਸ਼ੈਰਫ ਸਾਹਿਬ, ਸਰਦਾਰ ਸੰਦੀਪ ਸਿੰਘ ਜੀ ਧਾਰੀਵਾਲ, ਕਹਿੰਦੇ ਹੁੰਦੇ ਆ ਕਿ ਜਿਹੜੇ ਚੰਗੇ ਸਾਹਿਬ ਨੇ ਨਾ ਫੁੱਲ ਵਰਗੇ ਹੁੰਦੇ ਆ, ਜਿਹੜੇ ਕਿ ਮਹਿਕ ਖਿਲਾਰਦੇ ਹੁੰਦੇ ਆ, ਤਾਂ ਮਹਿਕ ਉਹ ਇੱਦਾਂ ਦੀ ਖਿਲਾਰਦੇ ਕਿ ਸਾਰੀ ਜਿਹੜੀ ਦੁਨੀਆਂ ਹੈ ਨਾ ਉਹ ਜਿੱਦਾਂ ਮਹਿਕਾਂ ਨਾਲ ਪੂਰੀ ਹੋ ਜਾਂਦੀ ਆ, ਤਾਂ ਦੁਨੀਆਂ ਫਿਰ ਉਹ ਚੇਤੇ ਕਰਦੀ ਆ। ਇਸੇ ਕਰਕੇ ਚੰਗੇ ਇਨਸਾਨ ਬਣਨਾ ਚਾਹੀਦਾ ਆਪਾਂ ਨੂੰ, ਆਪਣੇ ਬੱਚਿਆਂ ਲਈ ਵੀ ਆ ਕਿ ਐਗਜ਼ਾਮਪਲ ਹੋਣੀ ਚਾਹੀਦੀ ਆ ਕਿ ਆ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਕਮਿਊਨਿਟੀ ਵੀ ਸਾਨੂੰ ਚੇਤੇ ਰੱਖਦੀ ਆ। ਸੋ ਐਕਚੁਅਲੀ ਮੈਨੂੰ ਹੁਣੇ ਹੀ 10 ਮਿੰਟ ਪਹਿਲਾਂ ਮੇਰੇ ਕੋਲ ਚਿੱਠੀ ਪਹੁੰਚੀ ਆ ਕਾਂਗਰਸਮੈਨ ਜਿਮ ਕਾਸਟਾ ਦੀ। ਉਹਨੇ ਸਪੈਸ਼ਲੀ ਪਹਿਲਾਂ ਤਾਂ ਉਹਨੇ ਕਿਹਾ ਵੀ ਮੈਂ ਅਪੋਲੋਜਾਈਜ਼ ਕਰਦਾ ਕਿ ਮੇਰੇ ਤੋਂ ਅੱਜ ਆਇਆ ਨਹੀਂ ਗਿਆ, ਪਰ ਜਿਹੜੀ ਚਿੱਠੀ ਉਹਨੇ ਲੈ ਕੇ ਭੇਜੀ ਆ ਮੈਂ ਜ਼ਰੂਰ ਪਲੀਜ਼ ਪੜ੍ਹਨੀ ਚਾਹੁੰਦਾ। ਸੰਜੀਵ ਧਾਰੀਵਾਲ ਵਾਸ ਅ ਡੈਡੀਕੇਟਿਡ ਡਿਪਟੀ ਹੂ ਪੁੱਟ ਅਦਰ ਪੀਪਲਸ ਲਾਈਵਸ ਫਰਸਟ ਐਵਰੀ ਟਾਈਮ he wore his uniform. When the Hurricane Harvey hit Houston, me and our friends, we all gathered up, took trucks from here, and all the Fresno community, we all had good thoughts for it, to help somebody out. But when we went there, he was the only guy we could go to. He told us, he was like, you guys just come up here and we do the rest together. We went to a bunch of houses, he went with us, he told everyone, we are here for you. It wasn't about the race, it wasn't about the color. He's like, we are here for you. If you look down, you'll notice that my candle went out. Here's what I know about Deputy Dhaliwal. I never met him, never had the privilege of talking with him, never even treated an email or a text. But I saw what you saw. I saw his heart for the community. I saw his interaction with children. I saw the way he fought to represent the Sikh community by wearing his turban on duty.
and I saw the Harris County Sheriff acknowledge that. I wanted to extend my condolences to the Dhaliwal family and the entire Sikh community. It's a tragic loss. An attack on one of our officers anywhere in the United States is an attack on all officers. And an attack on a member of the Sikh community is an attack on the entire Sikh community. So our thoughts and prayers are with the Dhaliwal family, with the Sheriff's Department there in Houston, and with the entire Sikh community. ਵਰਲਡ ਹੈਨੀਕੇਟ ਸੜਕ ਸੁਰੱਖਿਆ ਕਿਹਾ ਸੀ ਬਹੁਤ ਕੁਛ ਹੋ ਗਿਆ ਹੈਗਾ ਸਾਡੇ ਪਰਿਵਾਰ ਨੂੰ ਸਾਡੇ ਉੱਥੇ ਹਿਊਸਟਨ ਪਰਿਵਾਰ ਨੂੰ ਬਹੁਤ ਬਹੁਤ ਜ਼ਿਆਦਾ ਅਸੀਂ ਭਾਈ ਮਿਸ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਆਪਣੇ ਚਾਦਰਾਂ ਦੇ ਵਿੱਚ ਨਿਵਾਸ ਪਾਛੇ ਅਤੇ ਇੱਦਾਂ ਹੀ ਚੜ੍ਹਦੀ ਕਲਾ ਰੱਖੇ ਹੋਰ ਵੀ ਸਿੰਘ ਸੂਰਮੇ ਇੱਦਾਂ ਹੀ ਆਉਣ ਸਰਦਾਰਧਾਰੀ ਮੇਰਾ ਨਾਂ ਹੈ ਨੈਨਦੀਪ ਸਿੰਘ ਅਤੇ ਅਸੀਂ ਬਸ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਯੂ ਨੋ ਇਟਸ ਬੜੀ ਟ੍ਰੈਜਿਕ ਜਿਹਾ ਗੱਲ ਹੈ ਦੈਟ ਯੂ ਨੋ ਟੂ ਲੀਵ ਟੂ ਲੂਜ਼ ਸੰਦੀਪ ਸਿੰਘ ਇਨ ਸੱਚ ਅ ਟ੍ਰੈਜਿਕ ਵੇ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਓਬਵੀਅਸਲੀ ਬਹੁਤ ਜ਼ਿਆਦਾ ਫੀਲਿੰਗ ਆ ਉਹਦੇ ਨਾਲ ਬਿਕਾਜ਼ ਹੀ ਵਾਜ਼ ਜਸਟ ਅ ਹਿਊਮੈਨੀਟੇਰੀਅਨ ਟਾਈਪ ਇੰਡੀਵਿਜੁਅਲ ਜਦੋਂ ਹਰਕੇਨ ਹਾਰਵੀ ਹੋਇਆ ਸੀ ਐਕਚੁਅਲੀ ਸਮ ਆਫ ਆਰ ਵਾਲੰਟੀਅਰਸ ਲਾਈਕ ਇਕਬਾਲ ਸਿੰਘ ਬੈਂਸ ਵਰਿੰਦਰ ਸਿੰਘ ਮੱਲੀ ਦੇ ਵੈਂਟ ਡਾਊਨ ਦੇਰ ਐਂਡ ਜਦੋਂ ਉੱਥੇ ਗਏ ਸੀ ਦ ਫਸਟ ਪਰਸਨ ਦੈਟ ਦੇ ਰੀਲੀ ਇੰਟਰੈਕਟਡ ਵਾਜ਼ ਵਿਦ ਸੰਦੀਪ ਸਿੰਘ ਧਾਲੀਵਾਲ ਸੋ ਇਟਸ ਜਸਟ ਹਾਰਡ ਟੂ ਪੁੱਟ ਇਨ ਵਰਡਸ ਜਸਟ ਆਰ ਫੀਲਿੰਗ ਟੁਵਰਡਸ ਹਿਸ ਫੈਮਿਲੀ ਸੰਦੀਪ ਧਾਲੀਵਾਲ ਦੇ ਅਚਾਨਕ ਚਲੇ ਜਾਣ 'ਤੇ ਬੜਾ ਦੁੱਖ ਹੋਇਆ ਬਹੁਤ ਹੀ ਬਹਾਦਰ ਜਿਹੜਾ ਉਹ ਸਿਪਾਹੀ ਸੀ ਸਾਨੂੰ ਉਹ ਜਿਹੇ ਇਨਸਾਨ ਜਿਹੜੇ ਉਹ ਕਦੇ ਕਦੇ ਹੀ ਆਉਂਦੇ ਆ ਜਿਹੜੇ ਸਾਡਾ ਸਾਰੀ ਕਮਿਊਨਿਟੀ ਦਾ ਨਾਂ ਰੋਸ਼ਨ ਕਰ ਜਾਂਦੇ ਆ ਅਤੇ ਭਾਵੇਂ ਉਹ ਸਾਡੇ ਵਿੱਚੋਂ ਚਲਾ ਗਿਆ ਪਰ ਉਹਨਾਂ ਦੀ ਜਿਹੜੀ ਯਾਦ ਹੈ ਉਹ ਸਾਡੇ ਦਿਲ ਵਿੱਚ ਹਮੇਸ਼ਾ ਵਸੀ ਰਹੂਗੀ ਅਤੇ ਉਹਨੇ ਜਿਹੜੇ ਕਾਰਨਾਮੇ ਕੀਤੇ ਆ ਜਾਂ ਕਮਿਊਨਿਟੀ ਦੀ ਸੇਵਾ ਕੀਤੀ ਹੈ ਉਹਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ ਇੰਡੋ ਯੂ ਐੱਸ ਹੈਰੀਟੇਜ ਐਸੋਸੀਏਸ਼ਨ ਵੱਲੋਂ ਅਸੀਂ ਇਸ ਗੱਲ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਖਾਲਸਾ ਏਡ ਦੀ ਫਰਿਜਨੋ ਇਕਾਈ ਵੱਲੋਂ ਡਿਪਟੀ ਸੰਦੀਪ ਸਿੰਘ ਧਾਲੀਵਾਲ ਜਿਹੜੇ ਕਿ ਹੈਰਿਸ ਕਾਊਂਟੀ ਹਿਊਸਟਨ ਦੇ ਵਿੱਚ ਪਿਛਲੇ ਦਿਨੀ ਸ਼ਹੀਦ ਹੋ ਗਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕੈਂਡਲ ਲਾਈਟ ਵਿਜਲ ਸਥਾਨਕ ਪੀਸ ਅਫੀਸਰਸ ਪਾਰਕ ਫਰਿਜਨੋ ਜਿਹੜਾ ਕਿ ਕਾਊਟ ਹਾਊਸ 'ਤੇ ਲੱਗ ਗਿਆ ਉੱਥੇ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਪੰਜਾਬੀਆਂ ਨੇ ਪਹੁੰਚ ਕੇ ਆਪਣੇ ਉਸ ਹੀਰੋ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਹਦੇ ਨਾਲ ਨਾਲ ਲਾ ਇਨਫੋਰਸਮੈਂਟ ਦੇ ਜਿਹੜੇ ਸਾਡੇ ਪੁਲਿਸ ਪਰਸਨਲ ਸੀਗੇ ਜਾਂ ਇਲੈਕਟਿਡ ਸਿਟੀ ਮੈਂਬਰ ਉਹਨਾਂ ਨੇ ਵੀ ਉੱਥੇ ਪਹੁੰਚ ਕੇ ਸੰਦੀਪ ਸਿੰਘ ਧਾਲੀਵਾਲ ਨੂੰ ਸਰਦਾ ਦੇ ਫੁੱਲ ਭੇਂਟ ਕੀਤੇ ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀ ਕੇ ਮੇਰੇ ਸਾਥੀ ਕੁਲਵੰਤ ਧੁੱਬੀ ਧਾਲੀਆ ਦੇ ਨਾਲ ਫਰਿਜ ਨੂੰ ਪ੍ਰਦੇਸ਼ਾਂ ਦੇ ਵਿੱਚ ਜਦੋਂ ਬੰਦਾ ਪਹਿਲੋਂ ਪਹਿਲ ਆਉਂਦਾ ਤਾਂ ਉਹਦੀ ਲੋੜ ਹੁੰਦੀ ਆ ਕੱਪੜਾ ਰੋਟੀ ਅਤੇ ਮਕਾਨ ਉਸ ਤੋਂ ਪਿੱਛੋਂ ਉਹ ਪਰਿਵਾਰਕ ਆਨੰਦ ਵੱਲ ਨੂੰ ਤੁਰਦਾ ਉਸ ਤੋਂ ਪਿੱਛੋਂ ਉਹ ਕੁਛ ਅਧਿਆਤਮਕ ਚੀਜ਼ਾਂ ਵੱਲ ਧਿਆਨ ਦਿੰਦਾ ਅਤੇ ਇਸੇ ਚੀਜ਼ ਦੇ ਚੱਲਦਿਆਂ ਉਹ ਕਿਤੇ ਨਾ ਕਿਤੇ ਆਪਦੇ ਮਨ ਦੀ ਖੁਸ਼ੀ ਦੇ ਲਈ ਭਟਕਣਾ ਵੀ ਸ਼ੁਰੂ ਕਰਦਾ ਉਸ ਤੋਂ ਪਿੱਛੋਂ ਉਹਦੀ ਇੱਛਾ ਹੁੰਦੀ ਹੈ ਕਿ ਮੇਰੀ ਔਲਾਦ ਉਹ ਕਿਸੇ ਚੰਗੇ ਕੰਮਕਾਰ 'ਤੇ ਲੱਗ ਜਾਵੇ ਉਹ ਜੀਵਨ ਦੇ ਵਿੱਚ ਅੱਛੇ ਕਰਮ ਕਰੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਾਨਣਾ ਪਾਉਣ ਵਾਸਤੇ ਉੱਘੇ ਬੁਲਾਰੇ ਬਲਦੇਵ ਸਿੰਘ ਜੀ ਮੁੱਟਾ ਪਿਛਲੇ ਦਿਨੀ ਫਰਿਜਨੋ ਦੇ ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ ਆਏ ਜਿੱਥੇ ਉਹਨਾਂ ਨੇ ਜੀਵਨ ਦੀਆਂ ਤਿੰਨ ਸਟੇਜਾਂ ਦੇ ਸੰਬੰਧੀ ਤਕਰੀਬਨ ਡੇਢ ਦੋ ਘੰਟੇ ਦਾ ਲੈਕਚਰ ਜਿਹੜਾ ਸੀਗਾ ਉਹ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਦਿੱਤਾ ਜਿੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਭਾਵਨਾ ਸੋਚ ਅਤੇ ਜਾਗ੍ਰਿਤੀ ਸਾਨੂੰ ਇੱਕ ਨਵੀਂ ਸਵੇਰ ਵੱਲ ਲਿਜਾ ਸਕਦੀ ਹੈ ਜਾਂ ਉਹਨਾਂ ਨੇ ਦੱਸਿਆ ਕਿ ਮਾਪਿਆਂ ਦੀ ਜਿਹੜੀ ਬੱਚਿਆਂ ਦੇ ਨਾਲ ਦੂਰੀ ਆ ਜਾਂ ਜਿਹੜੇ ਪਰਿਵਾਰਕ ਰਿਸ਼ਤੇ ਸਾਡੇ ਅੱਜ ਕੱਲ੍ਹ ਤਿੜਕ ਰਹੇ ਆ ਉਹਨਾਂ ਨੂੰ ਆਪਾਂ ਹੋਰ ਕਿਵੇਂ ਅੱਛੇ ਤਰੀਕੇ ਦੇ ਨਾਲ ਮਜ਼ਬੂਤ ਕਰ ਸਕਦੇ ਹਾਂ ਅਤੇ ਉਹਨਾਂ ਦੇ ਇਸ ਸੈਮੀਨਾਰ ਨੂੰ ਫਰਿਜਨੋ ਨਿਵਾਸੀਆਂ ਨੇ ਭਰਮਾ ਹੰਗਾਰਾ ਦਿੱਤਾ ਅਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਮੁੱਟਾ ਸਾਹਿਬ ਇੱਦਾਂ ਦੇ ਜਿਹੜੇ ਸੈਮੀਨਾਰ ਆ ਉਹ ਯੂ ਐੱਸ ਦੀ ਧਰਤੀ 'ਤੇ ਆ ਕੇ ਲਾਉਂਦੇ ਰਹਿਣਗੇ ਅਤੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਦੂਰੀਆਂ ਵੱਧ ਰਹੀਆਂ ਉਹਨਾਂ ਨੂੰ ਕਿਸੇ ਹੱਦ ਤੱਕ ਉਹ ਨੇੜੇ ਲਿਆਉਣ ਵਿੱਚ ਕਾਮਯਾਬ ਹੋਣਗੇ ਇਹਦੇ ਨਾਲ ਨਾਲ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਜਿਹੜਾ ਸਿਹਰਾ ਉਹ ਗੁਰਦੁਆਰਾ ਸਾਹਿਬ ਦੇ ਸੈਕਟਰੀ ਗੁਰਪ੍ਰੀਤ ਮਾਨ ਅਤੇ ਡਾਕਟਰ ਸਾਡੇ ਪਰਮਿੰਦਰ ਸਿੱਧੂ ਸਰ ਜਾਂਦਾ ਹੈਗਾ ਡਾਕਟਰ ਪਰਮਿੰਦਰ ਸਿੱਧੂ ਦਾ ਇਸ ਪ੍ਰੋਗਰਾਮ ਨੇਪੜੇ ਚਾੜ੍ਹਨ ਵਾਸਤੇ ਵੱਡਾ ਯੋਗਦਾਨ ਰਿਹਾ ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀ ਕੇ ਮੇਰੇ ਸਾਥੀ ਕੁਲਵੰਤ ਧੁੱਬੀ ਧਾਲੀਆ ਦੇ ਨਾਲ ਫਰਿਜਨੋ ਕੈਲੀਫੋਰਨੀਆ ਤੋਂ ਇੱਕ ਚੀਜ਼ ਚੇਤੇ ਰੱਖਿਓ ਕੋਈ ਲੌਜਿਕ ਟ੍ਰੈਡੀਸ਼ਨ ਨੂੰ ਨਹੀਂ ਹਰਾ ਸਕੀ ਇੰਡੀਆ 'ਚ ਸਾਰੇ ਕਾਲੇ ਵੇੜ ਦਿੰਦੀ ਹੈ ਪਿਛਲੇ 5-10 ਹਜ਼ਾਰ ਸਾਲ ਤੋਂ ਅਸੀਂ ਕਾਸਟ ਸਿਸਟਮ ਨੂੰ ਨਹੀਂ ਬੰਦ ਕਰ ਸਕੇ
नहीं हरा सके असी गुरु साहिबान ने जोर ला लिया असी नहीं हटे असी कहते नहीं कास्ट होगी उम्र इन्ह दो चीजा की फसे रहते हैं हो कुछ चीजा कड़ देंगे अपने आप उस निकल देंगे हम जिन्हें जे मतलब कि जिन्हें बंद 50 साल हो गए जिमें मैं 1968 का आया 1968 तक कनेडा च आया हूँ मेरे बच्चे भी सैट हो गए मैं भी सैट हो गया सब कुछ हो गया हूँ मैं मैनू जो कोई पूछे तू कल आया से हूँ तेरी की नीड आ मेरी हूँ जी नीड आखरी आ मैंने बड़ी खुशी हुई जब मैं अंदर आ रहा से मैं बाबा फरीद जी का पोस्टर लगे देखे 20 अक्टूबर मेरा 3-4-5 होना मेरे हिसाब न दुनिया के पहले साइकोलॉजिस्ट से जिन्होंने इंट्रोस्पैक्शन करने वास्ते प्रेरित किया कहते थे कि एक हर एक इंसान स्वय कंट्रोल करनी चाहिए फिर तो तुम इस तरह जाओगे सुन लोगे तो बाहर चले जाओगे फिर तो कोई चेंज नहीं लाने फिर तो तुम अपन डीप वैल्यूज पकड़ के रखिया हुई भी वो बिल्कुल सही है कोई नहीं मैं चेंज सैकंड चीज हैगी ਉਹੀ ਪਰਿਵਾਰ ਔਰ ਜਾਂ ਦੋ ਵਿਅਕਤੀ ਜਿਨ੍ਹਾਂ ਦੀਆਂ ਕੌਨਫਲਿਕਟ ਚੱਲ ਰਹੀ ਆ ਉਹ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਸਾਹਮਣੇ ਲਿਆ ਕੇ ਰੱਖ ਦਿੰਦੇ ਆ ਕਾਉਂਸਲਰ ਦੇ ਅਤੇ ਥਰਡ ਚੀਜ਼ ਹੈਗੀ ਆ ਕਿ ਉਹਨਾਂ ਦੀਆਂ ਕੁਛ ਆਪਣੀਆਂ ਕਦਰਾਂ ਕੀਮਤਾਂ ਵਿਅਕਤੀਗਤ ਕਦਰਾਂ ਕੀਮਤਾਂ ਉਹਨਾਂ ਨੂੰ ਸਾਹਮਣੇ ਲਿਆ ਕੇ ਰੱਖ ਦਿੰਦੇ ਆ ਹਾਲਾਂਕਿ ਜਿਹੜੀ ਸਾਇੰਸ ਆ ਚਾਈਲਡ ਰੀਅਰਿੰਗ ਦੀ ਬੱਚਿਆਂ ਦੀ ਪਰਵਰਿਸ਼ ਦੀ ਬਹੁਤ ਅੱਗੇ ਵੱਧ ਚੁੱਕੀ ਆ ਲੇਕਿਨ ਅਸੀਂ ਫਿਰ ਵੀ ਸੋਚੀ ਬੈਠੇ ਹਾਂ ਕਿ ਆਹ ਜਿਹੜੀਆਂ ਦੋ ਪ੍ਰਾਈਮ ਕੰਡੀਸ਼ਨਸ ਆ ਇਹਦੇ ਵਿੱਚ ਨਾ ਪਰ ਧਾਰਮਿਕ ਅਦਾਰਿਆਂ 'ਚ ਹਜੇ ਉਹ ਅਵੇਅਰਨੈਸ ਨਹੀਂ ਆਈ ਕਿ ਅਸੀਂ ਆਪਣੇ ਯੰਗ ਪੀਪਲ ਕਿ ਮੇਰੇ ਨਾਲ ਕੌਣ ਬੰਦਾ ਅਲਾਈਨ ਕਰਦਾ ਅਤੇ ਜੇ ਕੋਈ ਇੰਡੀਪੈਂਡੈਂਟ ਕਾਉਂਸਲਰ ਆ ਇੰਡੀਪੈਂਡੈਂਟ ਡਾਕਟਰ ਆ ਇੰਡੀਪੈਂਡੈਂਟ ਸਾਈਕਾਇਟ੍ਰਿਸਟ ਆ ਇੰਡੀਪੈਂਡੈਂਟ ਕੋਈ ਹੈ ਆ ਸਾਡੀ ਕਮਿਊਨਿਟੀ ਨੂੰ ਸਾਰੇ ਨਾਲੋਂ ਜ਼ਿਆਦਾ ਹਾਰਟ ਅਟੈਕ ਹੁੰਦੇ ਆ ਡਾਇਬੀਟਿਸ ਸਾਡੇ ਨਾਲੋਂ ਜ਼ਿਆਦਾ ਆ ਬ੍ਰੈਂਟਨ ਦੇ ਵਿੱਚ ਮੈਨੂੰ ਨਹੀਂ ਪਤਾ ਹੈਗਾ ਇੱਥੇ ਆਪਣੀ ਸਿੱਖ ਕਮਿਊਨਿਟੀ ਦਾ ਇੱਥੇ ਸਾਰਿਆਂ ਨਾਲੋਂ ਘੱਟ ਕੈਂਸਰ ਦੀ ਸਥਿਤੀ ਆ ਆਪਣੀ ਆਰਥਿਕਤਾ ਨੂੰ ਬੈਟਰ ਕਰਨ ਦੇ ਲਈ ਅਤੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਲਈ ਸੋ ਦੋ ਕ੍ਰਾਈਟੀਰੀਆ ਮੇਜਰ ਹੁੰਦੇ ਆ ਮਾਈਗ੍ਰੇਸ਼ਨ ਦੇ ਹੁਣ ਕਈ ਵਾਰੀ ਪੋਲੀਟੀਕਲ ਅਨਸਟੇਬਿਲਿਟੀ ਵੀ ਆ ਜਾਂਦੀ ਹੈ ਅਤੇ ਉਹਦੇ ਕਰਕੇ ਵੀ ਹੋ ਸਕਦਾ ਪਰ ਆਪਣੇ ਕੇਸ ਦੇ ਵਿੱਚ ਜ਼ਿਆਦਾਤਰ ਜਿਹੜੀ ਕਮਿਊਨਿਟੀ ਆਈ ਆ ਉਹ ਆਰਥਿਕ ਜਦੋਂ ਗੱਲ ਸਪਿਰਚੁਅਲਿਟੀ ਦੀ ਆਉਂਦੀ ਆ ਜਾਂ ਕਿਸੇ ਗੱਲ ਦੀ ਆਉਂਦੀ ਹੈ ਕਿ ਆਪਣੀਆਂ ਭਾਵਨਾਵਾਂ ਦੀ ਗੱਲ ਆਉਂਦੀ ਆ ਤਾਂ ਉਹਨੂੰ ਕਦੇ ਵੀ ਆਪਾਂ ਸਟੱਡੀ ਨਹੀਂ ਕਰਦੇ ਜੇ ਤੁਸੀਂ ਡੀਪਲੀ ਦੇਖੋ ਜਾਓ ਅੱਜ ਜਿੰਨੇ ਵੀ ਬਿਜ਼ਨਸ ਜਿਹੜੇ ਸਕਸੈਸਫੁਲ ਆ ਉਹ ਹਮੇਸ਼ਾ ਆਪਣੀਆਂ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਹੀ ਸਕਸੈਸਫੁਲ ਹੁੰਦੇ ਆ ਈਵਨ ਧਰਮ ਵੀ ਆਪਣੀਆਂ ਭਾਵਨਾਵਾਂ ਨੂੰ ਸਕਸੈਸਫੁਲ ਐਕਸਪਲੋਇਟ ਕਰਕੇ ਉਹਨਾਂ ਨੂੰ ਸਮਝ ਕੇ ਫਿਰ ਹੀ ਆਪਾਂ ਨੂੰ ਉਹ ਕਰਦਾ ਕਿ ਸਭ ਤੋਂ ਪੁਰਾਣਾ ਬਿਜ਼ਨਸ ਜੇ ਦੇਖਿਆ ਜਾਵੇ ਤਾਂ ਈਸਾਈ ਧਰਮ ਦਾ 2000 ਸਾਲ ਹੋ ਗਏ ਅੱਜ ਵੀ ਸਕਸੈਸਫੁਲ ਚੱਲ ਰਿਹਾ ਸੋ ਸਾਰਿਆਂ ਦਾ ਇੰਟਰਸਟ ਬਹੁਤ ਸੀਗਾ ਸੋ ਚੰਗਾ ਲੱਗਿਆ ਦੇਖ ਕੇ ਅਤੇ ਇਸ ਵਾਰ ਫਿਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਜੇ ਸਮਾਂ ਹੈ ਇੱਥੇ ਆਉਣ ਦਾ ਤਾਂ ਤੁਸੀਂ ਜ਼ਰੂਰ ਇਹ ਇੱਥੇ ਲੈਕਚਰ ਰੱਖਿਓ ਸੋ ਮੈਂ ਕੋਈ ਜ਼ਿਆਦਾ ਸਮਾਂ ਨਹੀਂ ਲੈਣਾ ਜਿੰਨੇ ਵੀ ਤੁਸੀਂ ਆਏ ਆ ਸਾਰੇ ਇਸ ਫੀਲਡ ਦੇ ਵਿੱਚ ਪ੍ਰੈਜੈਂਟ ਮੂਮੈਂਟ ਅਵੇਅਰਨੈਸ ਹੁਣ ਦੇ ਵਿੱਚ ਕਿਵੇਂ ਜਾਣਾ ਥਾਟਸ ਫੀਲਿੰਗਸ ਇਹਨਾਂ ਬਾਰੇ ਤੁਸੀਂ ਕਿਸੇ ਨਾ ਕਿਸੇ ਲੈਵਲ 'ਤੇ ਗੁਰਬਾਣੀ ਦੇ ਜ਼ਰੀਏ ਜਾਂ ਹੋਰ ਕੁਝ ਅੱਜ ਦੇ ਜਿਹੜੇ ਕੰਟੈਂਪਰੇਰੀ ਨਿਊ ਏਜ ਰਾਈਟਰਸ ਆ ਉਹਨਾਂ ਨੂੰ ਸੁਣ ਪੜ੍ਹ ਕੇ ਤੁਸੀਂ ਇਸ ਗੱਲ ਬਾਰੇ ਜਾਣਕਾਰੀ ਰੱਖਦੇ ਹੋ ਇਹ ਰਿਫਲੈਕਟ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਸਪੀਕਰ ਨੂੰ ਸੁਣ ਲਈ ਆਉਂਦੇ ਜੀ ਇਹ ਸੀ ਅੱਜ ਦੀ ਕੈਲੀਫੋਰਨੀਆ ਡਾਇਰੀ ਉਮੀਦ ਕਰਦਾ ਤੁਹਾਨੂੰ ਇਹ ਗਤੀਵਿਧੀਆਂ ਵਧੀਆ ਲੱਗੀਆਂ ਹੋਣਗੀਆਂ ਅਤੇ ਤੁਸੀਂ ਵੀ ਅਗਰ ਇਹਨਾਂ ਗਤੀਵਿਧੀਆਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਆਸੇ ਪਾਸੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਵੀ ਈਵੈਂਟ ਹੁੰਦੀ ਕੋਈ ਸਮਾਗਮ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਉਹ ਮੈਨੂੰ 209-450-33-62 'ਤੇ ਕਾਲ ਕਰਕੇ ਤੁਸੀਂ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਅਤੇ ਜੇ ਤਾਂ ਮੈਂ ਵਿਹਲਾ ਹੋਵਾਂ ਤਾਂ ਮੈਂ ਭਾਵੇਂ ਜਿੱਥੇ ਮਰਜ਼ੀ ਮੈਨੂੰ ਫੋਨ ਆਇਆ ਹੋਵੇ ਚਾਹੇ ਇੱਥੇ ਸੈਕਰਾਮੈਂਟੋ ਬੈਠਾ ਐਲਏ ਤੋਂ ਫੋਨ ਆਇਆ ਹੋਵੇ ਅਤੇ ਚਾਹੇ ਫੋਨ ਆਇਆ ਹੋਵੇ ਸਿਆਟਲ ਤੋਂ ਜੇ ਮੈਂ ਉਦਣ ਵਿਹਲਾ ਤਾਂ ਮੈਂ ਜ਼ਰੂਰ ਪਹੁੰਚਦਾ ਜੇ ਮੈਂ ਨਹੀਂ ਵੇਲਾ ਤਾਂ ਮੈਂ ਫਿਰ ਬੇਨਤੀ ਕਰਦਾ ਹੁੰਦਾ ਸਾਡੇ ਪੰਜਾਬੀਆਂ ਨੂੰ ਵੀ ਤੁਸੀਂ ਉਹਨੂੰ ਰਿਕਾਰਡ ਕਰਕੇ ਅਤੇ ਮੈਨੂੰ ਭੇਜ ਦਿਓ ਈਮੇਲ ਕਰ ਦਿਓ ਵਟਸਐਪ ਕਰ ਦਿਓ ਤਾਂ ਫਿਰ ਅਸੀਂ ਉਹ ਕੈਲੀਫੋਰਨੀਆ ਡੈਰੀ ਦੇ ਵਿੱਚ ਉਹ ਪ੍ਰੋਗਰਾਮ ਦਿਖਾ ਦੇਈਦਾ ਸੋ ਅੱਜ ਲਈ ਇੰਨਾ ਹੀ ਕਾਫੀ ਗੁਸਤਾਖੀ ਲਈ ਮਾਫੀ ਖੁਸ਼ ਰਹੋ ਖੁਸ਼ ਰੱਖੋ ਸਤਿ ਸ਼੍ਰੀ ਅਕਾਲ